ਅਸਲਾਮ ਅਲੈਕੁਮ तमाम ਵੀਰ ਭਰਾਵਾਂ ਨੂੰ ਖਬਰ ਵੀਲੌਗਸ YouTube ਚੈਨਲ 'ਚ ਖੁਸ਼ ਆਮਦੇਦ ਜੀ ਦੋਸਤੋ ਕੁਝ ਦਿਨ ਪਹਿਲੇ ਮਿਲਤ ਟਰੈਕਟਰ ਵਾਲਿਆਂ ਨੇ ਆਪਣੇ ਟਰੈਕਟਰਾਂ ਦੀਆਂ ਕੀਮਤਾਂ ਜ਼ਿਆਦਾ ਕੀਤੀਆਂ ਸੀ ਬੁੱਲ ਪਾਵਰ ਦੇ ਮੱਦੇ ਮੁਕਾਬਲ ਤੇ ਕੱਲ ਤੱਕ ਜਿਹੜੀਆਂ ਨੇ ਕੱਲ ਪਰਸੋਂ ਤੱਕ ਜਨਾਬ ਜਿਹੜਾ ਨਾ ਕਾਜ਼ੀ ਵਾਲਿਆਂ ਦੀਆਂ ਵੀ ਕੀਮਤਾਂ ਜਿਹੜੀਆਂ ਨੇ ਜ਼ਿਆਦਾ ਹੋ ਗਈਆਂ ਨੇ ਉਹਨਾਂ ਵੀ ਆਨੇ ਕੀਮਤਾਂ ਜ਼ਿਆਦਾ ਕਰਤੀਆਂ ਨੇ ਤੇ ਹੋਣ ਜਨਾਬ ਜਿਹੜੇ ਬੁਲ ਪਾਵਰ ਟਰੈਕਟਰ ओरिएंट ਟਰੈਕਟਰਸ ਦੇ ਨਾਮ ਤੋਂ ਕੰਪਨੀ ਜਿਹੜੀ ਹੈਗੀ ਏ ਉਹਨਾਂ ਦੀਆਂ ਵੀ ਕੀਮਤਾਂ ਜਿਹੜੀਆਂ ਸਮਝ ਲਓ ਪ੍ਰਾਈਸ ਜਿਹੜੀ ਜ਼ਿਆਦਾ ਹੋ ਜਾਣੀਆਂ ਤੇ ਇਸ ਵਾਸਤੇ ਵੀਰ ਭਰਾਵਾਂ ਕੋਲੇ ਬੜਾ ਹੀ ਇੱਕ ਅੱਛਾ ਤੇ ਬਿਹਤਰੀਨ ਮੌਕਾ ਹੈਗਾ ਕਿ ਬੁਲ ਪਾਵਰ ਟਰੈਕਟਰ ਜਿਹੜਾ 585 ਐਸ ਟਾਈਮ 585 ਬੁਲ ਪਾਵਰ ਜਿਹੜਾ ਦੂਸਰੇ ਮਿਲਤ ਵਾਲੇ 385 ਨਾਲੋਂ 4 ਤੋਂ 4.5 ਲੱਖ ਰੁਪਿਆ ਘੱਟ ਰੇਟ ਨਾਲ ਮਿਲ ਰਿਹਾ ਹੈ ਜਿਹੜੂ ਚਾਰ ਤੋਂ 4.5 ਲੱਖ ਰੁਪਏ ਤੁਹਾਨੂੰ ਅਜੇ ਤੱਕ ਬਚਤ ਆ ਰਹੀ ਹੈ ਇਹ ਤੁਹਾਨੂੰ ਜਰਨਲ ਟਾਇਰ ਦੇ ਵਿੱਚ ਮਿਲ ਰਿਹਾ ਹੈ ਠੀਕ ਹੈ ਤੇ ਯਾਨੀ ਕਿ ਉਹਦੇ ਨਾਲ ਉਹ ਅੱਛਾ ਮਟੀਰੀਅਲ ਲਗਾ ਰਹੇ ਨੇ ਇੰਜਨ ਦੀ ਫਿਟਿੰਗ ਸਭ ਕੁਝ ਡੀਜ਼ਲ ਐਵਰੇਜ ਦੀ ਅੱਛੀ ਹੈਗੀ ਇਹ ਕਾਟੇ ਯਾਨੀ ਕਿ 385 ਨਾਲੋਂ ਡੀਜ਼ਲ ਦਾ ਖਰਚਾ ਇਹ ਤਾਂ ਕਾਟੇ ਸਾਊਂਡ ਇਹਦਾ ਜ਼ਬਰਦਸਤ ਜਿਵੇਂ ਕਿ ਪਹਿਲੇ ਪੁਰਾਣੇ ਜਿਹੜੇ ਮਾਡਲ ਪਰਖਣ ਦੇ ਹੁੰਦੇ ਸਨ ਦੇ 385 ਪਰਖਣ ਜਾਂ 75 ਉਸ ਤਰ੍ਹਾਂ ਦੀ ਦੀ ਆਵਾਜ਼ ਹੈ ਬਿਹਤਰੀਨ ਜਿਹੜਾ ਹੈ ਨਾ ਇਹ ਆਪਣਾ ਸਪੇਅਰ ਪਾਰਟ ਲਗਾ ਰਹੇ ਨੇ ਤੇ ਇਸ ਟਾਈਮ ਤੁਹਾਨੂੰ 4.5 ਤੋਂ 4.5 ਲੱਖ ਰੁਪਏ ਕੱਟ ਰੇਟਸ ਮਿਲ ਰਿਹਾ ਇਹ ਵੀ ਇੱਕ ਤੁਹਾਡੇ ਕੋਲ ਬੜਾ ਹੀ ਬਿਹਤਰੀਨ ਇੱਕ ਮੌਕਾ ਹੈਗਾ ਕਿ ਹੀ ਗਰੇ ਦੇਰ ਨਾ ਹੋ ਜਾਵੇ ਇਹਨਾਂ ਦੀ ਕੀਮਤਾਂ ਵੀ ਬਹੁਤ ਜਲਦ ਜਿਹੜਾ ਹੈ ਨਾ ਉੱਪਰ ਜਾਤਾ ਹੋ ਜਾਣੀਆਂ ਨੇ ਤੇ ਇਸ ਵਾਸਤੇ ਵੀਰ ਭਰਾ ਦੇਰ ਨਾ ਕਰਨ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਣਾ ਹੈ ਤਾਂ ਜਨਾਬ ਪਲ ਪਾਵਰ 585 ਜਾ 565 ਜਾਂ 549 570 ਜਿਹਨੇ ਵੀ ਕਿਸੇ ਵੀਰ ਪ੍ਰਾਨ ਖਰੀਦਣਾ ਹੈ ਜਲਦੀ ਜਲਦੀ ਬੁਕਿੰਗ ਕਰਾ ਕੇ ਤਿਆਦਾ ਖਰੀਦ ਲਓ 4 ਤੋਂ 4.5 ਲੱਖ ਰੁਪਏ ਬਚਤ ਆ ਜਾਏਗੀ ਜਿੰਦੇ ਵਿੱਚ ਤੁਸੀਂ ਆਦੇ ਕੋਈ ਉਜ਼ਾਰ ਵਗੈਰਾ ਬਣਵਾ ਸਕਦੇ ਜੇ ਕੋਈ ਇੰਪਲੀਮੈਂਟ ਬਣਵਾ ਸਕਦੇ ਚਾਹੇ ਮੱਕੀ ਲਗਾਉਣ ਵਾਲਾ ਪਲਾਂਟਰ ਲੈ ਸਕਦੇ ਜੇ ਡਿਸਕਾਂਟ ਲੈ ਸਕਦੇ ਹਲ ਸਵਾਗਾ ਕਰਾ ਲੈ ਸਕਦੇ ਜੇ ਹੋਰ ਵੀ ਬਹੁਤ ਕੁਝ ਕਰ ਸਕਦੇ ਛੱਤ ਬੰਪਰ ਲਗਵਾ ਸਕਦੇ ਜੇ ਜਦੋਂ ਤੁਹਾਨੂੰ 4-4.5 ਲੱਖ ਰੁਪਏ ਬਚ ਜਾਏਗਾ ਟਰੈਕਟਰ ਨੂੰ ਛੱਤ ਬੰਪਰ ਬੰਦਾ ਲਗਵਾ ਲੈਂਦਾ ਤੇ ਜਰਨਲ ਟਾਇਰ ਦੇ ਵਿੱਚ ਮਿਲ ਰਿਹਾ ਹੈ ਇਹਦੇ ਤੇ ਵਿੱਚ ਤੇ 385 ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਗੋਂ ਉਹਦੇ ਨਾਲੋਂ ਇਹ ਜਿਹੜਾ ਹੈ ਬਿਹਤਰੀਨ ਹੈਗਾ ਤੇ ਜਦ ਜਿਹੜੇ ਪਾਸੇ ਜ਼ਿੰਮੇਦਾਰ ਪ੍ਰਾਣ ਨੂੰ ਬਚਤ ਆਵੇ ਤੇ ਮੇਰਾ ਵੀਰੋ ਉਸ ਪਾਸੇ ਥੋੜਾ ਜਿਹਾ ਜਾਣਾ ਚਾਹੀਦਾ ਹੋ ਸਕਦਾ ਕੁਝ ਵੀਰ ਪ੍ਰਾ ਮੇਰੀ ਗੱਲ ਤੋਂ ਐਗਰੀ ਨਾ ਕਰ ਰਹੇ ਹਣ ਕਿਉਂਕਿ ਇਸ ਟਾਈਮ ਜ਼ਿੰਮੇਦਾਰ ਦੇ ਉੱਤੇ ਹਰ ਤਰਫੋਂ ਜਿਹੜਾ ਨਾ ਬੋਝ ਪਾਇਆ ਜਾ ਰਿਹਾ ਖਾਦਾਂ ਮਹਿੰਗੀਆਂ ਸਪਰੇਵਾਂ ਮਹਿੰਗੀਆਂ ਟਰੈਕਟਰ ਦੀ ਕੀਮਤਾਂ ਮਹਿੰਗੀਆਂ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਨੇ ਤੇ ਇਸ ਵਾਸਤੇ ਜਿਹੜਾ ਹੈਗਾ ਨਾ ਤੁਸੀਂ ਦੇਰ ਨਾ ਕਰੋ ਤੁਹਾਡੇ ਕੋਲ ਇੱਕ ਬੜਾ ਹੀ ਸ਼ਾਨਦਾਰ ਮੌਕਾ ਹੈਗਾ ਬੁੱਲ ਪਾਵਰ ਟਰੈਕਟਰ ਖਰੀਦਣ ਦਾ ਤੇ ਅਗਰ ਇਹ ਵੀ ਮੰਗ ਆਪਣਾ ਮਹਿੰਗਾ ਹੋਗਾ ਕਿ ਪਤਾ ਜ਼ਿਆਦਾ ਹੋ ਗਿਆ ਤੇ ਬਹੁਤ ਕੁਝ ਹੋ ਸਕਦਾ ਇਸ ਵਾਸਤੇ ਜਨਾਬ ਇਨਸ਼ਾਅੱਲਾ ਜੀ ਜਿਵੇਂ ਹੀ ਕੋਈ ਮਜ਼ੀਦ ਨਵੀਂ ਅਪਡੇਟ ਆਵੇਗੀ ਦੋਸਤਾਂ ਅਸੀਂ ਸ਼ੇਅਰ ਕਰਾਂਗੇ ਹੋਕੇ ਜੀ ਸਾਨੂੰ ਜਦੋਂ ਦਿਓ ਅੱਲਾਹ ਹਾਫਿਜ਼